ਸਤਿ ਸ਼੍ਰੀ ਅਕਾਲ ਜੀ। ਅੱਜ ਗੱਲ ਕਰਾਂਗੇ ਜਿਹੜੇ ਸਟੂਡੈਂਟ ਕਿਸੇ ਵੀ ਇੰਸਟੀਟਿਊਟ ਦੇ ਵਿੱਚ ਫ੍ਰੀ ਵਿੱਚ ਪੜ੍ਹ ਰਹੇ ਆ, ਭਾਵੇਂ ਸਰਕਾਰੀ ਹੋਵੇ ਭਾਵੇਂ ਪ੍ਰਾਈਵੇਟ ਹੋਵੇ, ਜਿਹੜੇ ਫ੍ਰੀ ਵਿੱਚ ਕੋਰਸ ਕਰ ਰਹੇ ਆ ਸ਼ੋਰਟ ਹੈਂਡ ਪੰਜਾਬੀ ਜਾਂ ਇੰਗਲਿਸ਼ ਦਾ, ਉਹਨਾਂ ਦੇ ਅੱਜ ਸੁਣਨ ਵਾਲੀ ਵੀਡੀਓ ਹੈਗੀ ਆ। ਕਿਉਂਕਿ ਡੇਲੀ ਮੈਨੂੰ ਪੂਰੇ ਪੰਜਾਬ ਦੇ ਵਿੱਚੋਂ ਅਲੱਗ ਅਲੱਗ ਇੰਸਟੀਟਿਊਟਸ ਜਿਹੜੇ ਹੈਗੇ ਆ ਸਰਕਾਰੀ ਪ੍ਰਾਈਵੇਟ ਜਿਹੜੇ ਫ੍ਰੀ ਵਿੱਚ ਕੋਰਸ ਕਰਾਉਂਦੇ ਆ ਉਹਨਾਂ ਤੋਂ ਮੈਨੂੰ ਕਾਲ ਆਉਂਦੀ ਆ। ਸਟੂਡੈਂਟ ਸਾਲ ਸਾਲ ਲਾ ਚੁੱਕਿਆ ਹੁੰਦਾ ਆ, ਟੈਕਨੀਸ਼ੀਅਨ ਹੁੰਦੀ ਉਹਨਾਂ ਦੀ ਬਿਲਕੁਲ ਜ਼ੀਰੋ, ਨਾ ਸਪੀਡ ਬਣੀ ਹੁੰਦੀ ਆ, ਨਾ ਬੁੱਕਸ ਕਵਰ ਹੁੰਦੀਆਂ ਆ, ਨਾ ਆਊਟਲਾਈਨ ਹੁੰਦੀ ਆ, ਅਤੇ ਨਾ ਉਹਨਾਂ ਦਾ ਦਿਮਾਗ ਖੁਦ ਕੰਮ ਕਰਦਾ ਹੁੰਦਾ ਕੁਛ ਅੱਖਰ ਆਪ ਬਣਾ ਸਕਣ। ਉਹ ਕਾਲ ਸਟੂਡੈਂਟ ਦੀ ਆ ਰਹੀ ਵੀ ਮੈਨੂੰ ਆਹ ਪ੍ਰੋਬਲਮ ਆ ਰਹੀ ਆ, ਜਦੋਂ ਪੁੱਛਦਾ ਵੀ ਹਾਂ ਵੀ ਕਿੱਥੋਂ ਕੀਤਾ ਕੋਰਸ, ਕਿਹਨੇ ਕਰਾਇਆ, ਕਿੰਨਾ ਟਾਈਮ ਹੋ ਗਿਆ, ਟਾਈਮ ਸਾਲ ਹੋਇਆ ਹੁੰਦਾ ਅਤੇ ਪਤਾ ਲੱਗਦਾ ਵੀ ਜਿੱਥੋਂ ਵੀ ਕੋਰਸ ਕੀਤਾ ਉਹ ਫ੍ਰੀ ਦੇ ਵਿੱਚ ਕੀਤਾ ਹੋਇਆ। ਸਰਕਾਰੀ ਦਾ ਜਿਹੜਾ ਫ੍ਰੀ ਵਾਲਾ ਕੋਰਸ ਹੈਗਾ ਉਹਦੇ 'ਚ ਤਾਂ ਜਿਹੜੀ ਤਨਖਾਹ ਉਸ ਇੰਸਟ੍ਰਕਟਰ ਨੂੰ, ਉਸ ਟੀਚਰ ਨੂੰ ਤਨਖਾਹ ਦੇਣੀ ਸਰਕਾਰ ਨੇ, ਉਹਨੂੰ ਤੁਸੀਂ ਕੁਛ ਨਹੀਂ ਦੇ ਰਹੇ। ਠੀਕ ਹੈ, ਤੁਸੀਂ ਕੁਛ ਨਹੀਂ ਦੇ ਰਹੇ ਅਤੇ ਉਹ ਉਹਦੇ ਅਕੋਰਡਿੰਗ ਤੁਹਾਨੂੰ ਆਪਦਾ ਬੈਸਟ ਨਹੀਂ ਦਿੰਦਾ, ਉਹਨੂੰ ਤੁਹਾਡੇ ਨਾਲ ਕੋਈ ਮਤਲਬ ਹੈ ਨਹੀਂ ਵੀ ਤੁਸੀਂ ਜੋਬ ਲੱਗੋ ਨਾ ਲੱਗੋ। ਠੀਕ ਆ, ਉਹਦੇ ਨਾਲ ਉਹਦਾ ਕੋਈ ਤਾਲੁਕ ਨਹੀਂ ਹੈਗਾ। ਉਹਦੀ ਡਿਊਟੀ ਆ ਵੀ ਉਹਨੇ ਤੁਹਾਨੂੰ ਫ੍ਰੀ ਦੇ ਵਿੱਚ ਕੋਰਸ ਕਰਵਾਉਣਾ। ਸਰਕਾਰ ਵੱਲੋਂ ਪੁੱਛੋ ਹਦਾਇਤਾਂ ਉਹਨੂੰ ਹੈਗੀਆਂ ਵੀ ਤੁਸ ਬੱਚਿਆਂ ਨੂੰ ਫ੍ਰੀ ਪੜ੍ਹਾਉਣਾ, ਗਰੀਬ ਬੱਚਿਆਂ ਨੂੰ ਫ੍ਰੀ ਪੜ੍ਹਾਉਣਾ ਹੈਗਾ। ਉਹਦੇ ਵਿੱਚ ਮੈਰਿਟ ਦੇ ਅਕੋਰਡਿੰਗ ਜਿਹੜੀ ਐਡਮਿਸ਼ਨ ਮਿਲਦੀ ਹੈਗੀ ਉਹ 'ਚ ਹਰੇਕ ਲੈਵਲ ਦਾ ਅਮੀਰ ਗਰੀਬ ਦੇ ਅਕੋਰਡਿੰਗ ਨਹੀਂ ਐਡਮਿਸ਼ਨ ਮਿਲਦੀ, ਉਹਦੀ ਸਰਟੀਫਿਕੇਟਾਂ ਦੀ ਮੈਰਿਟ ਦੇ ਅਕੋਰਡਿੰਗ ਉਹਨੂੰ ਐਡਮਿਸ਼ਨ ਮਿਲਦੀ ਆ, ਉਹ ਮਿਲ ਜਾਂਦੀ ਆ। ਠੀਕ ਆ, ਕੋਰਸ ਚੱਲ ਪੈਂਦਾ ਆ। ਇੰਸਟ੍ਰਕਟਰ ਨੂੰ ਪਤਾ ਹੁੰਦਾ ਵੀ ਉਹਨੂੰ ਕਿੰਨੀ ਮਿਹਨਤ ਕਰਾਉਣੀ ਪਊਗੀ, ਕਿੰਨੀ ਕਰਾਉਣੀ ਚਾਹੀਦੀ ਆ, ਉਹ ਕਰਾਉਂਦਾ ਕਿਉਂ ਨਹੀਂ ਵੀ ਕੋਰਸ ਹੈਗਾ ਫ੍ਰੀ ਦੇ ਵਿੱਚ, ਜੇ ਤਾਂ ਥੋੜ੍ਹਾ ਮੈਂ ਪ੍ਰੈਸ਼ਰ ਪਾਊਂਗਾ ਜਾਂ ਇਹ 'ਤੇ ਲੋਡ ਦਊਂਗਾ ਪੜ੍ਹਾਈ ਦਾ, ਉਹਨੇ ਕੋਰਸ ਛੱਡ ਜਾਣਾ। ਜੇ ਸਾਰੇ ਸਟੂਡੈਂਟ ਤੋਂ ਹੁਣ 20-25 ਸਟੂਡੈਂਟ ਨੂੰ ਤਾਂ ਐਡਮਿਸ਼ਨ ਦਿੰਦੇ ਉਹ ਸਰਕਾਰੀ ਇੰਸਟੀਟਿਊਟ ਵਾਲੇ, ਵੱਧ ਵੀ ਐਡਮਿਸ਼ਨ ਹੋ ਸਕਦੀ ਆ ਪਰ ਉਹਨੇ ਆਪਣੀ ਗਿਣਤੀ ਘਟਾਉਣੀ ਨਹੀਂ ਹੁੰਦੀ। ਫ੍ਰੀ ਵਿੱਚ ਕੋਰਸ ਵੀ ਕਰਾਉਣਾ ਹੁੰਦਾ ਅਤੇ ਸਟੂਡੈਂਟ ਪੂਰੇ ਵੀ ਰੱਖਣੇ ਹੁੰਦੇ, ਸਾਲ ਉਹਦਾ ਪੂਰਾ ਵੀ ਕਰਾਉਣਾ ਹੁੰਦਾ ਆ, ਉਹ 'ਤੇ ਜ਼ਿਆਦਾ ਲੋਡ ਨਹੀਂ ਪਾ ਸਕਦਾ। ਠੀਕ ਆ, ਅਤੇ ਸਟੂਡੈਂਟ ਦੇ ਦਿਮਾਗ ਵਿੱਚ ਵੀ ਇਹ ਹੁੰਦਾ ਵੀ ਸਾਲ ਪੂਰਾ ਕਰਕੇ ਸਰਟੀਫਿਕੇਟ ਮੈਨੂੰ ਮਿਲ ਜਾਣਾ ਅਤੇ ਮੇਰੀ ਚਾਹੁੰਦੀ ਆ। ਠੀਕ ਆ, ਪਰ ਜਿਹੜਾ ਫ੍ਰੀ ਵਿੱਚ ਕਿਤੇ ਵੀ ਕੋਰਸ ਕਰ ਰਿਹਾ ਇੰਸਟੀਟਿਊਟ, ਉਹਨੂੰ ਅੱਜ ਇਹ ਗੱਲ ਸਮਝ ਲੈਣੀ ਚਾਹੀਦੀ ਆ, ਆਪਾਂ ਸਰਟੀਫਿਕੇਟ ਲੈਣ ਵਾਸਤੇ ਕੋਰਸ ਨਹੀਂ ਕਰ ਰਹੇ। ਭਾਵੇਂ ਉਹ ਕੋਰਸ ਫ੍ਰੀ ਦੇ ਵਿੱਚ ਹੀ ਹੈਗਾ ਪਰ ਜਿਹੜਾ ਟਾਈਮ ਹੈਗਾ ਉਹ ਬਹੁਤ ਕੀਮਤੀ ਆ, ਜਿਹੜਾ ਤੁਹਾਡਾ ਟਾਈਮ ਲੰਘਦਾ ਪਿਆ ਆ। ਉਸ ਟੀਚਰ ਨੂੰ ਤੁਹਾਨੂੰ ਮਿਹਨਤ ਕਰਕੇ ਵਿਖਾਉਣੀ ਪੈਣੀ ਆ, ਤੁਹਾਨੂੰ ਆਪਦੀ ਖੁਦ ਦੀ ਮਿਹਨਤ ਕਰਕੇ ਉਸ ਟੀਚਰ ਨੂੰ ਵਿਖਾਉਣੀ ਪੈਣੀ ਆ, ਜਿਹੜਾ ਤੁਹਾਨੂੰ ਭਾਵੇਂ ਫ੍ਰੀ 'ਚ ਹੀ ਪੜ੍ਹਾਇਆ ਫਿਰ ਤੁਹਾਨੂੰ ਖੁੱਲ੍ਹ ਕੇ ਗਾਈਡ ਕਰੂਗਾ ਵੀ ਕੀ ਕਰਨਾ ਚਾਹੀਦਾ। ਜੇ ਤੁਸੀਂ ਫ੍ਰੀ ਦੇ ਚੱਕਰ ਦੇ ਵਿੱਚ ਲੱਗੇ ਹੋਏ ਹੋ, ਸਿਰਫ ਸਰਟੀਫਿਕੇਟ ਵਾਸਤੇ ਲੱਗੇ ਹੋਏ ਹੋ, ਫਿਰ ਠੀਕ ਆ। ਜੇ ਕੋਰਸ ਕਰਦੇ ਹੋ ਜੋਬ ਵਾਸਤੇ, ਨੌਕਰੀ ਵਾਸਤੇ, ਤਾਂ ਫਿਰ ਮਿਹਨਤ ਬਹੁਤ ਜ਼ਿਆਦਾ ਚਾਹੀਦੀ ਆ ਆਪਣੀ ਇਸ ਪੜ੍ਹਾਈ ਵਾਸਤੇ। ਇਹ ਤੁਹਾਨੂੰ ਖੁਦ ਨੂੰ ਧਿਆਨ ਦੇਣਾ ਪੈਣਾ ਵੀ ਫ੍ਰੀ ਦੇ ਚੱਕਰ ਦੇ ਵਿੱਚ ਟਾਈਮ ਨਾ ਵੇਸਟ ਕੀਤਾ ਜਾਵੇ। ਟਾਈਮ ਜੇ ਵੇਸਟ ਹੋ ਰਿਹਾ ਛੁੱਟੀਆਂ ਕਰਕੇ, ਜਾਂ 2-2 ਘੰਟੇ ਦੀ ਕਲਾਸ ਹੈਗੀ ਆ, 24 ਘੰਟੇ ਟੋਟਲ ਹੈਗੇ ਆ, 2 ਘੰਟੇ ਪੜ੍ਹ ਰਹੇ ਹਾਂ ਅਤੇ 22 ਘੰਟੇ ਵੇਸਟ ਜਾ ਰਹੇ ਆ। 2 ਘੰਟੇ ਤੁਸੀਂ ਘਰੇ ਹੀ ਚਲੋ ਪੜ੍ਹ ਲੈਂਦੇ ਹੋਣੇ ਆ, 20 ਘੰਟੇ ਫਿਰ ਵੀ ਵੇਸਟ ਜਾ ਰਹੇ ਆ। ਤੁਸੀਂ ਸਰਟੀਫਿਕੇਟਾਂ ਦੇ ਚੱਕਰ ਦੇ ਵਿੱਚ, ਸਾਲ ਪੂਰਾ ਕਰਨ ਦੇ ਚੱਕਰ 'ਚ ਤੁਸੀਂ ਇਹ ਕੋਰਸ ਨਹੀਂ ਕਰਨਾ ਹੈਗਾ, ਤੁਸੀਂ ਜੋਬ ਵਾਸਤੇ ਕੋਰਸ ਕਰਨਾ ਵੀ ਜੋਬ ਕਿਵੇਂ ਮਿਲੇਗੀ। ਆਪਦੇ ਟੀਚਰ ਨਾਲ ਖੁੱਲ੍ਹ ਗੱਲ ਕਰੋ, ਸਰ ਜੀ ਜਿੰਨੀ ਕੁ ਅਸੀਂ ਮਿਹਨਤ ਕਰਦੇ ਪਏ ਹਾਂ ਉਹਦੇ ਅਕੋਰਡਿੰਗ ਸਾਨੂੰ ਜੋਬ ਮਿਲ ਜਾਏਗੀ, ਅਤੇ ਜਦੋਂ ਜੋਬ ਹੋਇਆ ਵੀ ਹਾਂ ਮਿਲ ਜੂਗੀ ਫਿਰ ਠੀਕ ਆ, ਅਤੇ ਜੇ ਕਹੋ ਨਹੀਂ ਜੀ ਇਕੱਲਾ ਸਰਟੀਫਿਕੇਟ ਹੀ ਮਿਲੂਗਾ ਤਾਂ ਫਿਰ ਤੁਹਾਨੂੰ ਕੁਛ ਖੁਦ ਆਪ ਸੋਚਣਾ ਪੈਣਾ ਆ। ਹੁਣ ਡੇਲੀ ਮੇਰੀ ਇਹੀ ਸਟੂਡੈਂਟਾਂ ਨਾਲ ਗੱਲ ਹੋ ਰਹੀ ਆ। ਠੀਕ ਹੈ, ਸਰਟੀਫਿਕੇਟ ਕੋਲੇ ਆ, 80 ਵਾਲਾ ਵੀ ਕੋਲੇ ਆ, 100 ਵਾਲੀ ਸਪੀਡ ਵਾਲਾ ਉਹਨਾਂ ਸਰਟੀਫਿਕੇਟ ਕੋਲੇ ਉਹਨਾਂ ਦੇ, ਪਰ ਜੇ ਉਹ ਜੋ ਮੈਂ ਜਿਹੜੇ ਪਹਿਰੇ ਸੈਂਡ ਕਰਦਾ ਉਹ 'ਚੋਂ ਇੱਕ ਅੱਖਰ ਨਹੀਂ ਲਿਖਿਆ ਜਾਂਦਾ ਉਹਨਾਂ ਤੋਂ, ਜਾਂ ਕੋਈ ਅਨਨੋਨ ਅਖਬਾਰ ਦਾ ਪਹਿਰਾ ਖੁਦ ਵੀ ਕਿਤੋਂ ਲੈਂਦੇ ਆ, ਲਿਖਦੇ ਨਹੀਂ ਲਿਖਿਆ ਜਾਂਦਾ। ਫਿਰ ਕਾਲ ਕਰਦੇ, ਸਰ ਜੀ ਮੈਂ ਤੋਂ ਨਹੀਂ ਲਿਖਿਆ ਜਾ ਰਿਹਾ। ਜਦੋਂ ਬੈਕਗਰਾਊਂਡ ਚੈੱਕ ਕਰਦੇ ਹਾਂ ਤਾਂ ਪਤਾ ਲੱਗਦਾ ਵੀ ਕੋਰਸ ਇੱਦਾਂ ਕੀਤਾ ਹੋਇਆ। ਆਪਾਂ ਅੱਗੇ ਜਾ ਰਹੇ ਹਾਂ, ਟਾਈਮ ਲੰਘ ਰਿਹਾ, ਇਹਦਾ ਮਤਲਬ ਇਹ ਕੋਰਸ ਪੂਰਾ ਨਹੀਂ ਹੋ ਰਿਹਾ। ਆਪਣੀ ਸਪੀਡ ਵੱਧ ਰਹੀ ਹੈ, ਆਪਾਂ ਐਕੂਰੇਟ ਹੋ ਰਹੇ ਹਾਂ, ਆਪ ਕ੍ਰੀਏਟਿਵ ਹੋ ਰਹੇ ਹਾਂ, ਅੱਖਰ ਬਣਾ ਸਕਦੇ ਮੌਕੇ 'ਤੇ। ਸਰਕਾਰ ਨੇ ਉਹ ਚੀਜ਼ ਦੇਖਣੀ ਵੀ ਤੁਸੀਂ ਅੱਖਰ ਮੌਕੇ 'ਤੇ ਬਣਾ ਲੈਂਦੇ ਹੋ। ਸਰਕਾਰ ਨੇ ਇਹ ਨਹੀਂ ਵੇਖਣਾ ਤੁਹਾਡੇ ਕੋਲ ਸਰਟੀਫਿਕੇਟ ਕਿਹੜਾ ਆ, 80 ਵਾਲਾ ਕਿ 100 ਵਾਲਾ। ਬਹੁਤ ਸਟੂਡੈਂਟ ਇਸ ਤਰ੍ਹਾਂ ਦੇ ਜਿਹਨਾਂ ਕੋਲ ਸਰਟੀਫਿਕੇਟ ਦੋਨੋਂ ਹੈਗੇ, ਭਾਸ਼ਾ ਭਾਗ ਵਾਲੇ 80 ਵਾਲਾ ਹੀ 100 ਵਾਲਾ, ਪਰ ਜੇ ਉਹਨੂੰ ਕੋਈ ਪੈਰਾ 80 ਦਾ ਵੈਸੇ ਲਿਖਾਉਣਾ ਸਟਾਰਟ ਕਰਦੇ ਹਾਂ, ਅਨਨੋਨ ਲਿਖਾਉਣੇ 'ਤੇ ਨਹੀਂ ਲਿਖਿਆ ਜਾਂਦਾ। ਸਰਕਾਰ ਨੇ ਤੁਹਾਡਾ ਇਹ ਵੇਖਣਾ ਤੁਸੀਂ ਬਿਨਾਂ ਪ੍ਰੈਟਸ ਤੋਂ ਮੌਕੇ 'ਤੇ ਲਿਖ ਲੈਂਦੇ ਹੋ, ਤੁਸੀਂ ਕਿੰਨੇ ਸਾਲ ਲਾਏ, ਕਿੰਨੀਆਂ ਕਿਤਾਬਾਂ ਕੀਤੀਆਂ, ਕਿਹੜੇ ਕਿਹੜੇ ਸਰਟੀਫਿਕੇਟ ਤੁਹਾਡੇ ਕੋਲ ਹੈਗੇ ਆ, ਉਹ ਮੈਟਰ ਨਹੀਂ ਕਰਦੇ। ਠੀਕ ਹੈ, ਇਹਦੇ ਬਾਰੇ ਤੁਹਾਨੂੰ ਖੁਦ ਨੂੰ ਸੋਚਣਾ ਪੈਣਾ, ਤੁਹਾਨੂੰ ਆਪਦੀ ਖੁਦ ਤੋਂ ਮਿਹਨਤ ਕਰਨੀ ਪੈਣੀ ਆ। ਆਪਦੀਆਂ ਬੁੱਕਸ ਉਹ ਸਾਲਾਂ ਦੇ ਵਿੱਚ ਨਹੀਂ ਪੂਰੀ ਕਰਨੀ ਵੀ ਸਾਲ 'ਚ ਪਹਿਲੀ ਬੁੱਕ ਕਰ ਲਈ ਫਿਰ ਦੂਜੇ ਸਾਲ ਦੂਜੀ ਕਰ ਲਈ, ਇੱਦਾਂ ਤਾਂ ਬੁੱਕਸ ਆਪਣੀਆਂ ਬਹੁਤ ਹੈਗੀਆਂ, ਅਖਬਾਰ ਕਰਨੇ, ਮੈਗਜ਼ੀਨ ਕਰਨੇ, ਡਿਬੇਟ ਕਰਨੀ, ਕਦੇ ਮੈਟਰ ਖਤਮ ਨਹੀਂ ਹੋਣਾ। ਆਪਦੇ ਟੀਚਰ ਨਾਲ ਖੁੱਲ੍ਹ ਗੱਲ ਕਰ ਲਓ, ਸਰ ਜੀ ਕੀ ਕੀਤਾ ਜਾਵੇ,
ਜਿਵੇਂ ਉਹ ਤੁਹਾਨੂੰ ਗਾਈਡ ਕਰੇਗਾ। ਉੱਥੇ ਇੰਸਟੀਟਿਊਟ ਵਿੱਚ ਟਾਈਮ ਨਹੀਂ ਦੇ ਰਹੇ, 2 ਘੰਟੇ ਦੇ ਰਹੇ ਆ, ਘਰੇ ਤੁਸੀਂ ਪੜ੍ਹ ਸਕਦੇ ਹੋ, ਤੁਹਾਨੂੰ ਗਾਈਡੈਂਸ ਤਾਂ ਦੇ ਸਕਦੇ ਆ ਨਾ, 5 ਮਿੰਟ ਦੀ ਗੱਲਬਾਤ ਤਾਂ ਤੁਸੀਂ ਉਹਦੇ ਟੀਚਰ ਨਾਲ ਕਰ ਹੀ ਸਕਦੇ ਆ। ਸਰ ਜੀ ਸਾਨੂੰ ਸਹੀ ਗਾਈਡ ਕਰੋ, ਅਸੀਂ ਕਿੰਨੀ ਕੁ ਸਾਨੂੰ ਮਿਹਨਤ ਚਾਹੀਦੀ, ਕੀ ਕੀ ਸਾਨੂੰ ਕਰਨਾ ਪਊਗਾ, ਉਹਦੇ ਅਕੋਰਡਿੰਗ ਮਿਹਨਤ ਕਰੋ, ਨਾ ਕਿ ਉਹਨਾਂ ਦੇ ਸਿਲੇਬਸ ਦੇ ਅਕੋਰਡਿੰਗ ਚੱਲੋ। ਉੱਥੇ ਸਰਕਾਰੀ ਇੰਸਟੀਟਿਊਟ ਵਿੱਚ ਜਾਂ ਪ੍ਰਾਈਵੇਟ ਜਿੱਥੇ ਫ੍ਰੀ ਵਿੱਚ ਪੜ੍ਹਾਇਆ ਜਾਂਦਾ, ਉੱਥੇ ਇਕੱਲੇ ਇਕੱਲੇ ਸਟੂਡੈਂਟ ਨੂੰ ਨਹੀਂ ਪੜ੍ਹਾਇਆ ਜਾਂਦਾ, ਇਹ ਗਰੁੱਪ ਨੂੰ ਇਕੱਠੇ ਪੜ੍ਹਾਇਆ ਜਾਂਦਾ। ਉਹ 'ਚ ਗਰੁੱਪ ਵਿੱਚ ਕੋਈ ਮਿਹਨਤੀ ਹੈਗਾ, ਕੋਈ ਨਹੀਂ ਮਿਹਨਤ ਕਰਨ ਵਾਲਾ ਹੈਗਾ, ਪਰ ਉਹ ਸਾਰਿਆਂ ਨੂੰ ਬਰਾਬਰ ਚਲਾਉਂਦੇ ਆ। ਪਰ ਜਿਹੜਾ ਬੰਦਾ ਮਿਹਨਤ ਕਰ ਸਕਦਾ ਆਪ ਖੁਦ ਤੋਂ, ਉਹ ਆਪਦੀ ਡਾਇਰੈਕਟ ਉਹਨਾਂ ਨਾਲ ਗੱਲ ਕਰ ਲਏ ਵੀ ਮੈਨੂੰ ਉੱਪਰ ਗਾਈਡ ਕੀਤਾ ਜਾਵੇ, ਵੀ ਉਹਦੇ ਅਕੋਰਡਿੰਗ ਮੈਂ ਤਿਆਰੀ ਕਰਾਂ, ਠੀਕ ਹੈ। ਜੇ ਕੁਛ ਫਿਰ ਵੀ ਨਹੀਂ ਗੱਲ ਪਈ ਫਿਰ ਮੈਨੂੰ ਕਾਲ ਕਰੋ, ਤੁਹਾਨੂੰ ਫਿਰ ਮੈਂ ਸਹੀ ਤਰ੍ਹਾਂ ਗਾਈਡ ਕਰਦਾ ਵੀ ਕੀ ਕਰਨਾ ਪਊਗਾ, ਠੀਕ ਹੈ ਜੀ। ਥੈਂਕ ਯੂ ਜੀ।